ਇਹ ਸਪਿਨਰ 5 ਸੈਂਟੀਮੀਟਰ ਸਟਿਫ ਕਾਰਡ ਦਾ ਬਣਿਆ ਹੈ। ਤੁਸੀਂ ਕਾਰਡ ਦੇ ਛੱਪੇ ਡਿਜ਼ਾਈਨ ਵੇਖ ਸਕਦੇ ਹੋ। ਤੁਸੀਂ ਇਸ ਨੂੰ ਖੂਬਸੂਰਤ ਰੰਗਾਂ ਨਾਲ ਰੰਗੋ, ਇੱਕਦਮ ਸਿਮੈਟ੍ਰਿਕ ਰੰਗੀਏ। ਹੁਣ ਬਲੇਡ ਬਣਾਉਣ ਲਈ 4 ਕੱਟ ਲਗਾਓ ਅਤੇ ਇਹ ਕੱਟ ਸਿਮੈਟ੍ਰਿਕ ਹੋਣੇ ਚਾਹੀਦੇ ਹਨ। ਕੱਟੇ ਹੋਏ ਹਿੱਸਿਆਂ ਨੂੰ 90 ਡਿਗਰੀ ਦੇ ਉੱਪਰ ਰੱਖ ਦੇਵੋ ਤਾਂ ਕਿ ਇਹ ਫਿਰਕੀ ਦੇ ਬਲੇਡ ਬਣ ਜਾਣ। ਇਹਨਾਂ ਨਾਲ ਹਵਾ ਟਕਰਾਏਗੀ ਅਤੇ ਗੋਲ ਗੋਲ ਘੁੰਮਣਗੇ। ਹੁਣ ਅੱਧਾ ਮੋਤੀ ਲਵੋ ਜਿਸ ਦਾ ਇੱਕ ਹਿੱਸਾ ਕਨਵੈਕਸ ਅਤੇ ਦੂਸਰਾ ਹਿੱਸਾ ਫਲੈਟ ਹੁੰਦਾ ਹੈ। ਇਸ ਨੂੰ ਪਿਛਲੇ ਹਿੱਸੇ 'ਤੇ ਚਿਪਕਾ ਦਵੋ ਤਾਂ ਕਿ ਫਿਰਕੀ ਦਾ ਪਾਈਵਟ, ਜੋ ਕਿ ਉਸਦਾ ਧੁਰਾ ਬਣ ਜਾਵੇਗਾ। ਫਿਰਕੀ ਪਾਈਵਟ 'ਤੇ ਘੁੰਮੇਗੀ। ਬਹੁਤ ਸਾਰੀ ਰੰਗ ਬਿਰੰਗੀਆਂ ਫਿਰਕੀਆਂ ਬਣਾਓ ਅਤੇ ਮੇਜ਼ 'ਤੇ ਰੱਖੋ ਅਤੇ ਹਵਾ ਫੂਕੋ ਅਤੇ ਫਿਰਕੀ ਦੇ ਘੁੰਮਣ ਦਾ ਆਨੰਦ ਲਵੋ।